दसना पैना ओ तेरा की लगदा जेड़ा लुकिया नजर नहीं आउंदा ओ तेरा की लगदा जेड़ा लुकिया नजर नहीं आउंदा ओ तेरा की लगदा जेड़ा लुकिया नजर नहीं आउंदा जग तो चोरी चोरी अड़िए तेनू तकदा रहिंदा ता टिकाणा दसदा ना ना ओ तेरा की लगदा जेड़ा लुकिया नजर नहीं आउंदा ओ तेरा की
ਆ ਬੀਬੀ ਪਤਾ ਨਹੀਂ ਮੇਰੀ ਕਿੱਥੇ ਚਲੇ ਗਈ। ਮੈਨੂੰ ਤੇ ਕਹਿੰਦੀ ਸੀ ਕਿ ਘਰ ਦਾ ਸਾਰਾ ਕੰਮ ਕਰ ਲਈ, ਕੰਮ ਤੇ ਪੂਰਾ ਖਤਮ ਹੋ ਗਿਆ, ਪਰ ਬੀਬੀ ਦਾ ਹਲੇ ਤੱਕ ਪਤਾ ਨਹੀਂ ਕਿੱਧਰ ਗਈ ਆ। ਨਾ ਮੈਂ ਆ ਨਿਆਣੇ ਨੂੰ ਪੜ੍ਹਾਉਣ ਵਾਸਤੇ ਲੇਟ ਹੋਈ ਜਾਂਦੀ ਆ, ਇੰਨਾ ਦਿਨ ਚੜ੍ਹਾਇਆ ਆ, ਤੇ ਭਾਬੀ ਪਤਾ ਨਹੀਂ ਕਿੱਥੇ ਚਲੇ ਗਈ ਸਵੇਰੇ ਸਵੇਰੇ। ਉਹਨੂੰ ਕੰਮ ਵੀ ਕੀ ਆ, ਔਰ ਜਦ ਦੇਖੋ ਫੋਨ ਲੈ ਕੇ ਆ ਬਿੰਗਾ ਟੇਟਾ ਮੂੰਹ ਕਰਦੀ ਰਹਿੰਦੀ ਆ, ਪਤਾ ਨਹੀਂ ਫੋਨ ਦੇ ਉੱਪਰ ਕੀ ਕੁਛ ਕਰਦੀ ਰਹਿੰਦੀ ਆ। ਔਰ ਨਾਲੇ ਉਹਦੀ ਵਿਚੋਲਣ, ਉਹ ਤਾਂ ਜੈ ਵੱਡੀ ਆ, ਕਿੱਥੇ ਸਾਨੂੰ ਗੁਸਾ ਦਿੱਤਾ, ਜੈ ਵੱਡੀ ਨਾ ਹੋਵੇ ਤਾਂ। ਬੇਬੇ ਨੂੰ ਆਵਾਜ਼ ਮਾਰ ਕੇ ਦੇਖਦੀ ਆ, ਨਾਲੇ ਬੇਬੇ ਅਰਵੀਰੇ ਨੇ ਮੇਰੀ ਕਦੇ ਗੱਲ ਮੰਨੀ ਆ, ਉਹ ਤਾਂ ਕਹਿੰਦੇ ਹਮੇਸ਼ਾ ਤੂੰ ਝੂਠ ਬੋਲਦੀ ਆ, ਤੂੰ ਸਾਡੇ ਤੀਵੀਂ ਆਦਮੀ 'ਚ ਲੜਾਈ ਪਵਾਉਣੀ ਆ, ਸੱਸ ਦੇ ਵਿੱਚ ਵੀ ਤੂੰ ਹੀ ਲੜਾਈ ਪਾਉਣੀ ਆ। ਨਾ ਦੱਸ, ਮੈਂ ਚੰਗੀ ਗੱਲ ਕਰਾਂ ਤੇ ਮੈਨੂੰ ਮਾੜੀ ਕਹਿ ਦਿੰਦੇ ਆ, ਕੋਈ ਗੱਲ ਨਹੀਂ, ਅੱਜ ਭਾਬੀ ਨੂੰ ਵੀ ਰੰਗੇ ਹੱਥ ਫੜਾਓ, ਤੇ ਨਾਲੇ ਬੇਬੇ ਨੂੰ ਆਵਾਜ਼ ਮਾਰ ਕੇ ਦੇਖਦੀ ਆ, ਤੇ ਉਹਨੂੰ ਵੀ ਆਪਣੇ ਵੱਲ ਕਰਕੇ ਦੇਖਦੀ ਆ। ਨਹੀਂ ਬੇਬੇ, ਨਹੀਂ ਬੇਬੇ, ਕੋਲਾ ਕੋਲਾ ਰਸਨਾ ਰਸਨਾ ਨਹੀਂ ਫੈਂਟਾ ਫੈਂਟਾ। ਨਾ ਬੇਬੇ ਇਹ ਤਾਂ ਸਭ ਠੀਕ ਵਾ, ਮੈਂ ਪਹਿਲੇ ਮੈਨੂੰ ਇਹ ਦੱਸ ਤੂੰ ਗਈ ਕਿੱਥੇ ਸੀ? ਨਹੀਂ ਜਾਣਾ ਜੁਣਾ ਕੀ ਆ, ਬੇਬੇ ਜਦ ਮੈਂ ਤੈਨੂੰ ਕਹਿੰਦੀ ਆ ਉਸ ਵੇਲੇ ਤਾਂ ਤੁਸੀਂ ਮੰਨਦੀਆਂ ਨੀ ਹੈਗੀਆਂ। ਇੰਨੀ ਕੁ ਮਮੈਲੀ ਜਿਹੀ ਲੈ ਕੇ ਇੰਨੀ ਕਦੇ ਇਹਨੂੰ ਘੁੰਮਦੀ, ਕਦੇ ਇਹਨੂੰ ਘੁੰਮਦੀ, ਸਵੇਰ ਨੂੰ ਹੈ ਜੇ ਨਿੱਕੀ ਜਿਹੀ ਆ। ਨਾ ਬੇਬੇ ਮੇਰੀ ਹੋਰ ਕੁਛ ਹੋਵੇ ਪਤਾ ਨੀ ਕਿਆ ਕਰੇ, ਪੱਪੂ ਇੱਥੇ ਨੂੰ ਹੱਥ ਮੱਲੋ ਮੱਲੀ ਜਾਂਦਾ, ਇੱਥੇ ਨੂੰ ਹੋਲੀ ਕੱਢ ਜਾਂਦਾ। ਮੈਂ ਮੇਰੀ ਗੱਲ ਸੁਣ ਬੇਬੇ, ਮੈਂ ਤੈਨੂੰ ਕਿੰਨੀ ਵਾਰ ਆਖਿਆ ਕਿ ਮੈਂ ਸਵੇਰੇ ਸਵੇਰੇ ਕਾਲਜ ਜਾਣਾ ਹੁੰਦਾ, ਆ ਨਿਆਣਿਆਂ ਨੇ ਪੜ੍ਹਾਉਣਾ ਹੁੰਦਾ ਆ, ਤੇ ਨਾਲੇ ਆ ਸਾਰੇ ਘਰ ਦੇ ਕੰਮ ਕਾਰ ਮੈਨੂੰ ਕਰਨੇ ਪੈਂਦੇ ਆ, ਆ ਗੋਹਾ ਕੂੜਾ ਮੈਂ ਕਰਦੀ ਆ, ਭਾਂਡੇ ਮੈਂ ਧੋਨੀ ਆ। ਕੁਛ ਨਾ, ਹਾਏ ਨੀ ਮੇਰਾ ਹਾਲ ਜੋ ਕੀਤਾ, ਵਿਹੜੇ ਦੇ ਵਿੱਚ ਕਦੇ ਐਨੂੰ ਕਦੇ ਐਨੂੰ, ਲੋਕੀ ਚੁਬਾਰਿਆਂ ਪਰ ਚੜ ਜਾਂਦੇ ਆ, ਹਾਏ ਦੇਖਣ ਤੇਜੋ ਤਾਈ ਦੀ ਨੂੰਹ ਦੇਖੋ ਕਿਆ ਕਰਦੀ ਆ। ਨੀ ਬੇਬੇ ਸਾਰਾ ਪਿੰਡ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰਦਾ ਆ, ਕਰਦਾ ਅੱਜ ਏਦਾਂ ਕਰਦੀਆਂ ਆ, ਹਾਂ ਅੱਜ ਨਾ ਉਹਨੂੰ ਰੰਗੇ ਹੱਥੀ ਫੜਦੀਆਂ। ਬੇਬੇ ਰੰਗੀ ਹੱਥੀ ਤਾਂ ਫੜਦੀਆਂ, ਪਰ ਮੈਂ ਤੈਨੂੰ ਇੱਕ ਗੱਲ ਦੱਸ ਦਿੰਦੀ ਆ, ਆ ਹਰ ਰੋਜ਼ ਮੈਂ ਲੇਟ ਜਾਂਦੀ ਆ, ਉਹਨੂੰ ਕਿਹਾ ਨਿਆਣਿਆਂ ਨੂੰ ਚੱਜ ਨਾਲ ਤਿਆਰ ਕਰ ਦਿਆ ਕਰੇ, ਅੱਜ ਜਦ ਦੇਖੋ ਗਈ ਰਹਿੰਦੀ ਆ, ਅੱਜ ਤੈਨੂੰ ਮੈਂ ਰੰਗੇ ਹੱਥੀ ਦਿਖਾਣੀ ਆ ਕਿ ਕੀ ਕੁਛ ਕਰਦੀ ਆ। ਪਤਾ ਨੀ ਕਿਆ ਕਹਿੰਦੇ ਆ ਅੰਗਰੇਜ਼ੀ ਵਿੱਚ ਟਿੱਕੀ ਟੋਕ, ਉਹ ਬਣਾਈ ਫਿਰਦੀ ਆ, ਹਾਏ ਮੂੰਹ ਨਾ ਮੱਥਾ ਜਿੰਨ ਪਹਾੜੋਂ ਲੱਥਾ। ਨਹੀਂ ਬੇਬੇ ਟਿੱਕ ਟੋਕ ਤੇਰੇ ਮੂੰਹ ਚੜ ਜਾਣਾ, ਚੱਲ ਆ ਜਾ, ਚੱਲ ਚੱਲ ਚੱਲ, ਅੱਜ ਮੇਰੇ ਕੋਲ ਡਾਂਗੂ ਹੀ ਆ। ਇਹ ਜਿਹੜਾ ਫੋਨ ਆ ਕਿ ਐਸਾ ਵੈਸਾ ਫੋਨ ਨਹੀਂ ਹੈ।
ਨਹੀਂ ਭਰਾ ਦਾ ਫੋਨ ਹੈ ਅਣਾ ਰਣਜੀਤ ਬਾਬੇ ਨੇ ਗਿਫਟ ਕੀਤਾ ਗਿਫਟ ਨਹੀਂ ਸੱਚੀ ਬਾਹਰੋਂ ਆਇਆ ਬਾਹਰੋਂ ਬਾਹਰੋਂ ਹਾਂ ਤੇ ਉਹਨੂੰ ਰਣਜੀਤ ਬਾਬੇ ਨੇ ਗਿਫਟ ਦਿੱਤਾ ਮੇਰੇ ਭਰਾ ਨੇ ਮੈਨੂੰ ਗਿਫਟ ਕਰ ਦਿੱਤਾ ਤੂੰ ਮੈਨੂੰ ਗਿਫਟ ਕਰ ਦੇ ਹਾਂ ਬੁੱਥਾ ਦੇਖ ਤੈਨੂੰ ਗਿਫਟ ਕਰਦਾ ਫੜ ਫੜ ਹਾਂ ਕੀ ਲੋਕ ਦੱਸੇ ਸੀ ਹਾਂ 5 6 7 8 ਯਾਦ ਰੱਖੀ 5 6 7 8 ਇਹ ਲੋਕ ਹੈ ਹਾਂ ਤੇ ਚਰਾ ਗਾਣਾ ਤੇ ਬਣਾ ਮੇਰੀ ਵੀਡੀਓ ਨਾ ਬੁੜੀ ਕਰੇ ਨਾ ਕੁੜੀ ਕਰੇ ਕਰਦੇ ਸਾਡੇ ਕਰਦੇ ਨਹੀਂ ਤੇ ਸਾਨੂੰ ਕਿਸੇ ਦਾ ਡਰ ਨਹੀਂ ਕਰਮਾ
ਉਹ ਦਲੀਪਾ ਸਰਪੰਚ ਕਹਿੰਦਾ ਮੈਨੂੰ, ਉਹ ਕਹਿੰਦਾ ਤੇਰੀ ਜਨਾਨੀ ਕਦੇ ਕੋਠੇ ਤੇ ਖੜੀ ਹੁੰਦੀ ਆ, ਆ ਕਦੀ ਸਾਰੀ ਆ ਟੇਕ ਥੱਲੇ ਖੜੀ ਹੁੰਦੀ ਆ, ਆ ਕਦੀ ਪਾਰਕ 'ਚ ਬੜੀ ਹੁੰਦੀ ਆ, ਆ ਤੇਰਾ ਸਾਲਾ ਮੈਂ ਕਿਸ ਦਿਨ ਟੈਂਸ਼ਨ ਟੋਟੇ ਭੰਨ ਦੇਣਾ। ਸਬਜ਼ੀ ਕੀ, ਖੀਰ ਕੀ, ਜਲੇਬੀਆਂ ਕੀ, ਲੱਡੂ ਕੀ,
ਖਵਾਉਣ ਦੇ ਹੋਰ ਤਾਂ ਹੋਰ ਸਣ ਕੁੜੀਏ ਸਾਡੇ ਤੁਹਾਡੇ ਨਾਲ ਦੇ ਘਰ ਉੱਥੇ ਜਗਰਾਤਾ ਸੀ ਉਹ ਪਤਾ ਨਹੀਂ 3 ਦਿਨ ਪਹਿਲਾਂ ਹੀ 4 ਦਿਨ ਪਹਿਲਾਂ ਸੀ ਸਾਲਿਆਂ ਨੇ ਉਹੀ ਸਾਨੂੰ ਪੂੜੀ ਛੋਲੇ ਚੱਕ ਸਾਨੂੰ ਖਵਾਤੇ ਲੈ ਗੱਲਾਂ ਕਰਦਾ ਹੋਰ ਸਣ ਕੁੜੀਏ ਤੂੰ ਤਾਂ ਭੁੱਲ ਗਈ ਹੈਂਗੀ ਹਾਂ ਦੱਸ ਮੇਲੀ ਦੇ ਵਿੱਚ ਬੰਦੇ ਦਾ ਲਿਖਾਤੇ ਮਾਮੇ ਚਾਚੇ ਤਾਏ ਮੇਰੇ ਬੱਚੇ ਵੀ ਲਿਖਾਤੇ 4-500 ਬੰਦਾ ਮੇਲੀ ਲਿਖਾਤਾ ਮੇਰੇ ਮਾਪਿਆਂ ਨੇ ਸਾਰਿਆਂ ਨੂੰ ਮੇਲੀ ਲੋਈਆਂ ਨਾਲ ਕੀਤੀ ਸੀ ਤਾਂ ਤੂੰ ਤਾਂ ਸੁਣ ਲੈ ਆਪਣੀ 10 ਪੁੱਤ ਓਏ ਲੋਈਆਂ ਆਹ ਦੱਸ ਜਿਹੜਾ ਸਾਰਾ ਟੱਬਰ ਸਾਲੀਆ ਸਾਰੀ ਬਰਾਤ ਖੇਲਦੀ ਆਈ ਉਹ ਦੱਸ ਸਾਨੂੰ ਪਤਾ ਸੀ ਕਿੱਦਾਂ ਸੰਭੀਆ ਮੈਂ ਤਾਂ ਸਾਰ ਦੀ ਲੋਈਆਂ ਤਾਂ ਦੇਤੀਆਂ ਅਖੇ ਦੀ ਲੋਈਆਂ ਨਾਲ ਸਨਮਾਨ ਕਰਤਾ ਸਾਰੀ ਬਰਾਤ ਖੇਲਦੀ ਆਈ ਉਹ ਮਿੰਦੋ ਤਾਈ ਮਸੀਹ ਫੜੀ ਕੁੱਪ ਜਵੜਦੀ ਵੜਦੀ ਆ ਸਾਰੀਆਂ ਲੋਈਆਂ ਸਾਰੇ ਸਿਵਿਆਂ 'ਚ ਜਾ ਕੇ ਸਾਨੂੰ ਦੇਤੀਆਂ ਉਹ ਸਾਰੀ ਬਰਾਤ ਹੁਣ ਲੈ ਲਾ ਹੁਣ ਲੈ ਲਾ ਸਾਨੂੰ ਪਤਾ ਕਿੱਦਾਂ ਘਰ ਤੱਕ ਪਹੁੰਚੇ ਤਿੰਨ ਟੈਂਕਰ ਪਾਣੀ ਦੇ ਲਾ ਕੇ ਉਹਦੇ ਛਿੱਟੇ ਦਿੰਦੇ ਸਾਰਾ ਕੁਝ ਸ਼ੂਜਾ ਹੀ ਨਾ ਹੋਵੇ ਤਾਂ ਹੁਣ ਪੱਪੂ ਖੇਲੀ ਜਾਵੇ ਉਹ ਫੇਰ ਦੇਖਾ ਦੇ ਮੈਨੂੰ ਜੱਫੀ ਪਾ ਲਈ ਆਹੋ ਪੱਪੂ ਪਹਿਲਾਂ ਪੱਪੂ ਖੇਲਦਾ ਸੀ ਉਹਨੇ ਇਹਨੂੰ ਜੱਫੀ ਪਾ ਲਈ ਬਾਅਦ 'ਚ ਇਹ ਖੇਲਣ ਲੱਗ ਪਈ ਮੈਨੂੰ ਸਾਰਿਆਂ ਨੇ ਜੱਫੀ ਪਾ ਲਈ ਇਹ ਸ਼ਰਮ ਕਰ ਸ਼ਰਮ ਮੈਂ ਕੰਮ ਤੇ ਜਾਣਾ ਅੱਜ ਤੁਸੀਂ ਇੱਥੇ ਬਾਂਦਰੀ ਵਰਗੇ ਮੂੰਹ ਦੇ ਕੇ ਟਿੱਟ ਟੌਟ ਬਣਾਈ ਜਾਂਦੀ ਆ ਤੁਸੀਂ ਥੋੜਾ ਪਈ ਛਾਤੀ ਨਾਲ ਲੂ ਹੋਵੇ ਇਹੋ ਜਿਹੇ ਕਰ ਪਿਆ ਤਾ ਇਹਦੇ ਲੜ ਲਾਤਾ ਆਪਣਾ ਖਾਣਾ ਦੇਖ ਲਾ ਆ ਕਿਵੇਂ ਮੇਰੇ ਨਾਲ ਲੜਦੇ ਨੇ ਕਿਵੇਂ ਮੇਰਾ ਜਲੂਸ ਕਰਦੇ ਨੇ ਕਿੱਦਾਂ ਮੇਰੇ ਤੇ ਜ਼ੁਲਮ ਕਰਦੇ ਨੇ ਕਿਆ ਨਿਕਲ ਨਿਕਲ ਏ ਏ ਬੁੜੀਏ ਆਦਰ ਜਾਨ ਤੀਨੀ ਬਣੀਓ ਤੀਨੀ ਤੀਨੀ ਬਣੀਓ ਅੰਦਰਲਾ ਬੰਦਾ ਨਾ ਜਗਾ ਉੱਥੇ ਕੰਮ ਉੱਤੇ ਜਾਈਏ ਕਨੇ ਵਾਲੇ ਚੱਕੀਏ ਘਰ ਵਾਲੀ 12 ਵਜੇ ਸੁੱਤੀ ਉੱਠਦੀ ਦੱਸੋ ਕੰਮ ਉੱਤੇ ਜਾਈਏ ਕਨੇ
ਨਹੀਂ ਉੱਠਦੀ लग जाता एक बार हीरे नू है ना तरेड़ जी आ जाए हीरा सारा ही खराब होता मुड़ के हीरा नहीं बनता इस करके अपनी इज्जत अपने हाथ में होती है ठीक है ए दो मिनट के सवाल ले तुसी मैं इदा कर ली मैं जानी हाँ पढ़ने स्कूटरी कितने खड़ी होंगी है दूजी कैमरा फड़ के खड़ी एक खेतों से निकल गई संघ करो मां पे जी अख दे तारे हो तुसी ठीक है इन्हें कुछ नहीं देखा टिक टुक टुक अगले पैया ना जोड़ देंगे की है फायदा कोई नहीं पढ़ावगी पर एक गल तो मनेगा केड़ी मेनू एक फोन ले दे पहला साला कहदा स्यापा होया नहीं मैं वीडियो नहीं पढ़ावगी हुण की करना कुछ नहीं ना व्हाट्सएप ना फेसबुक कुछ नहीं चलावगी हां बस अपनी मां ना गल्ला ही करांगी हां फिर तो घर पूरा बसू मैं का पटाका ही करूं 95% घर कुड़िया ने उन्होंने मामा ने फोन कर करके पट्टे सवेरे ही लापा नहीं 5 बजे पुत की कर दी है उठी तो नहीं तू ना उठी ठंड बहुत है सस नू ठाड़
ਤੇ ਸੱਸ ਦੇ ਸਾਲੀ ਦੇ ਸਰੀਏ ਪਾਇਓ ਜਿੱਦਾਂ ਤੈਨੂੰ ਹਨਾ ਤੇਰੀ ਮਾਂ ਕਹਿੰਦੀ ਆ ਵੀ ਉੱਠੀ ਨਾ ਤੇਰੀਆਂ ਭਰਜਾਈਆਂ ਵੀ ਉਹ ਹੈਗੀਆਂ ਉਹਨਾਂ ਦੀ ਮਾਂ ਵੀ ਕਹਿੰਦੀ ਹੋਵੇ ਉੱਠੀ ਨਾ ਫਿਰ ਕੀ ਵੀ ਤੂੰ ਨਹੀਂ ਮੇਰੀ ਭਰਜਾਈ ਸਾਰਾ ਕੰਮ ਕਰਦੀ ਹੈ ਮੇਰੀ ਮਾਂ ਨਹੀਂ ਕਰਦੀ ਲੋਕੀ ਕਹਿੰਦੇ ਆ ਜੀ ਪੁੱਤਾਂ ਨੇ ਮਾਂ ਨਹੀਂ ਸਾਂਭੀ ਧੀ ਸਾਂਭ ਗਈ ਕਹਿੰਦੇ ਪੁੱਤਾਂ ਨੇ ਮਾਂ ਨਹੀਂ ਸਾਂਭੀ ਧੀ ਸਾਂਭ ਗਈ ਉਹ ਜੇ ਸਾਰੀਆਂ ਧੀਆਂ ਆਪਣੇ ਸੱਸ ਨੂੰ ਸਹੁਰੇ ਨੂੰ ਮਾਂ ਪੇ ਸਮਝ ਲੈਣ ਤੇ ਏਦਾਂ ਦੀ ਨੌਬਤ ਹੀ ਨਾ ਆਵੇ ਸਾਂਭਣ ਸੁੰਭਣ ਦੀ ਉਦੋਂ ਤਾਂ ਕਹਿੰਦੀ ਆ ਬੁੜਾ ਬੁੜੀ ਜਿੱਦੀ ਕਰਦੀ ਸੱਤ ਤੋਂ ਨਹੀਂ ਬਰਦਾਸ਼ਤ ਹੁੰਦੇ ਸੱਤ ਤੋਂ ਬਰਦਾਸ਼ਤ ਨਹੀਂ ਹੁੰਦੇ ਆਪਣੀ ਮਾਂ ਆ ਜਾਵੇ ਲੈ ਆਓ ਮਟਰ ਪਨੀਰ ਲੈ ਆਓ ਕੇਲੇ ਮੇਰਾ ਪੇੜੀਆਂ ਦਾੜਾ ਹੈ ਨੀ ਸੌ ਤਿੰਨ ਅੰਗੂ ਸ਼ਰਮ ਕਰੋ ਸ਼ਰਮ ਬਾਕੀ ਇਹਨੂੰ ਭਾਈ ਤੁਸੀਂ ਵੀ ਇਹ ਜਿਹੜੇ ਪੁੱਠੇ ਕੰਮ ਹੈ ਬੰਦ ਕਰ ਦਿਓ ਠੀਕ ਹੈ ਠੀਕ ਹੈ ਸਾਰੀ ਗੱਲ ਸੁਣੋ ਇਹ ਮਾਂ ਪੇ ਇੱਕ ਐਸੀ ਦੌਲਤ ਆ ਬਾਕੀ ਜਿੰਨੀਆਂ ਮਰਜ਼ੀ ਚੀਜ਼ਾਂ ਤੁਸੀਂ ਖਰੀਦ ਲਓ ਭੈਣ ਭਰਾ ਸਾਰੇ ਬਣ ਜਾਂਦੇ ਇਹ ਮਾਂ ਬਾਪ ਇੱਕ ਵਾਰੀ ਦੁਨੀਆਂ ਤੋਂ ਚਲੇ ਗਏ ਜਿੰਨੇ ਮਰਜ਼ੀ ਪੈਸੇ ਖਰਚ ਲਓ ਨਾ ਮਾਂ ਲੱਭਣੀ ਆ ਤੇ ਨਾ ਪੇ ਲੱਭਣਾ ਠੀਕ ਹੈ ਤੇ ਤੂੰ ਵੀ ਆਪਣੀ ਇੱਜ਼ਤ ਆਪਣੇ ਹੱਥ ਵਿੱਚ ਵੀ ਬਣਾਉਣੀ ਆਪਣੇ ਕੋਲੇ ਰੱਖ ਐਵੇਂ ਨਾ ਚਾੜੀ ਜਾ ਆ ਯੂਪੀ ਤੱਕ ਸਾਰੀਏ ਬਿਨਾਂ ਟੈਂਟ ਤੋਂ ਘੁੰਮੇ ਜੀ ਠੀਕ ਹੈ ਜੀ ਤੁਹਾਡੀ ਸਾਰੀ ਗੱਲ ਸਮਝ ਗਿਆ ਤੇ ਮੈਂ ਕੰਮ ਤੇ ਜਾਣਾ ਰੋਟੀ ਪਾਣੀ ਮੈਨੂੰ ਬਿਲਕੁਲ ਚਾਹੀਦਾ ਨਿਆਣੇ ਵੀ ਤੇ ਸਾਹਮਣੇ ਆ ਬਾਹਰਲਾ ਕੰਮ ਮੇਰਾ ਘਰ ਦਾ ਤੇਰਾ ਠੀਕ ਹੈ ਜੀ ਸਾਰਾ ਘਰ ਦਾ ਕੰਮ ਕਰਾਂਗੇ ਪੱਕਾ ਪੱਕਾ ਨਿੱਕੇ ਭਾਜੀ ਸਮਝ ਗਿਆ ਬਾਕੀ ਤੇਰੀ ਮੇਰੀ ਆਪਸ ਵਿੱਚ ਪਤਾ ਹੀ ਹੈ ਥੈਂਕ ਯੂ ਜੀ ਜ਼ੋਰਦਾਰ ਤਾੜੀ ਮਾਰੋ ਇਸ ਖੂਬਸੂਰਤ ਹਾਜ਼ਰੀ ਦੇ ਲਈ ਕਿਉਂਕਿ ਤੁਹਾਨੂੰ ਹਸਾਉਣ ਦੇ ਨਾਲ ਨਾਲ ਇੱਕ ਖੂਬਸੂਰਤ ਮੈਸੇਜ ਤੁਹਾਨੂੰ ਸਾਰਿਆਂ ਨੂੰ ਔਰ ਜ਼ਿੰਦਗੀ ਦੀਆਂ ਕੁਝ ਸੱਚਾਈਆਂ ਦੇ ਨਾਲ ਜੋੜਿਆ ਅਜੇ ਕਮਾਰ ਜੀ ਜੁਗਨਮਲ ਮੈਡਮ ਰਾਧਿਕਾ ਮੁਸਕਾਨ ਅਤੇ ਸ਼ੌਂਕੀ ਜੀ ਸਮੁੰਦਰੀ ਵਾਲੇ ਖੂਬਸੂਰਤ ਅੰਦਾਜ਼ ਦੇ ਨਾਲ ਤੁਹਾਡੀ ਨਜ਼ਰ ਪੰਜਾਬ ਦਾ ਖੂਬਸੂਰਤ ਲੋਕ ਰੰਗ ਕਮੇਟੀ ਪੇਸ਼ ਕੀਤਾ ਨਾਨਕਿਆਂ ਨੂੰ
और ठेके जी सुखजीत सिंह जी कैले साहब सबका सरपंच साहब एक बार फिर तो उन्होंने 500 रुपया मानता इस खूबसूरत नाटक के लिए आए जी। थैंक यू सर सुखजीत सिंह जी कैले साहब सबका सरपंच साहब थैंक यू। कदे तक घर बिच कोई प्यार नहीं गल करे कर तू हमेशा ओदिया गल्लां दा गुस्सा कर जांदा है गुस्सा नहीं करीदा हुंदा ठीक है मैं एक बार उन्हें समझा दाना है जाके जा देख जाके समझा कुछ ओ भागवा ने मेरी गल सुन ओ सियाने कहंदे ने जे घर दे विच कोई इदां दा जी होवे ना उहनूं बोलण दी आदत होवे तां दा सुभाव पादी दा हुंदा है ओदियां गल्लां दा गुस्सा नहीं बहुता करीदा मैं क्या जी तुहानूं तां पता ही है मैं कदी इस नाल आदे इस बच्चा नाल कदी कोई फर्क नहीं कीता ते हमेशा इन्हां ने हमेशा मेरा काजा छल्ली कीता है मेरे बार बार के बार बार के मैनूं काजा खा के ओ भागवा ने एवें दिल थोड़ा नहीं करीदा ओ परमात्मा ओ भगवान सानू भी औलाद का सुख जरूर दूंगा क्योंकि असि कहे रब दे मां वाले आ ओ देख सवेर दे खेतां नूं गए वां ओ कुखण पाणे आ कुछ बनाया कि नहीं जी मैं हुणे देखदी आ जा लिया जे कुछ बनाया सवेर दे खेतां लै देगी वां उस प्रभु दे गुणगाने आजा ਰੱਬ ਦੀ ਰੱਬ ਜੀ ਕੋਈ ਵੀ ਨਾ ਪਛਾਣ ਸਕਦਾ ਹਾਂ।
कोई मेरा पछाण सकदा है। और साहब का सरपंच साहब सुखजीत सिंह जी कह रहे साहब उन्हें बोलो 500 रुपए का होर 200 इनाम पार्टी का मेहरबानी। थैंक यू। या अल्लाह रहम कर, रहम की निगाह, भुखे साधुओं को भोजन छकाया ही, सानू रजाया ही, सरदारा मंग की मंगना चाहता ही। अबा जी थोड़ी बड़ी अपार कृपा है, साडे को सब कुछ है, सानू कुछ नहीं चाहिए। तेरे दर ते फकीर आए ने, फकीरां नू रज के करो तोरिया ही, मंग की मंगना चाहता ही। बाबा जी किसी गल की कोई कमी नहीं, साढ़े व्याह नू कई साल हो गए थे, पर उस भगवान ने उस परमात्मा ने सानू अजे तक औलाद का सुख नहीं बख्शिया। बाबा मार रेखा विच रेखा सिद्धियां करते बिगड़िया रेखा, बाबा मार रेखा विच रेखा सिद्धियां करते बिगड़िया रेखा। मैनू तो इंज लगता है कि अच साडे घर
उस परमात्मा ने उस प्रभु ने आप फिरका पाया है से सानू धी दी आशीष दिती है हुण ओ दिन दूर दी ओ जिदन साडे घर दे विच भी रौनकां लगणगियां एक छोटी जिही गुड़िया साडे घर आवेगी ते साडे इस विड़े विच चाचल आवेगी ओ भगवान ने मेरी गल सुन देख पापो रुसके गई हो ना ओ भीड़े नूं कहसी उन्हूं मना लै जा देख जाके कितने उही गल आ के पापो फिर पेकिया नूं चल जावे ते मैनूं जाके फिर बना के लियाना पवे जा देख देख कई दिन हो गए वीरा भी घर के नहीं रहा ऐसा करता उन्हें देखता आले दुआले कितने टकरे जाए बहू बहू तू किन्ने दिन हो गए घर के नहीं दिसा कितने रहना तू वो मैं कितने रहना बस तू खेतों गया सी चल मैं क्या मैं भी पाऊ ना जाके खेतों च काम कुम कराना पाऊ महीना काम ज्यादा तू बोर थले बैठा ताश खेलता रहना और कितने तेन कौन कहता मैं कितने ताश खेलना वो चल छड हां वो तेन गल दसा तेरे लिए मैं खुशी की खबर लेके आया वो मेरे लिए खुशी की खबर हाँ पाऊ की गल वो मैं है ना अपने बारे खेत नहीं आहो खेत दिया बट्टा लैपता पिया सी अच्छा ते तेरे सहुरे दे वल्लों एक बंदा आया ਉਹ ਮੇਰੇ ਸਹੁਰਿਆਂ ਤੋਂ ਬੰਦਾ ਆਇਆ ਹਾਂ ਭਾਊ ਫਿਰ ਉਹਨੇ ਤੇਰੇ ਲਈ ਇੱਕ ਸੁਨੇਹਾ ਘੱਲਿਆ ਏ ਉਹ ਭਾਊ ਮੇਰੇ ਲਈ ਸੁਨੇਹਾ ਘੱਲਿਆ ਹਾਂ ਭਾਊ ਉਹ ਕੀ ਆਖਿਆ ਭਾਊ ਤੇਰੇ ਘਰ ਦੇ ਵਿੱਚ ਇੱਕ ਕੰਨਿਆ ਨੇ ਜਨਮ ਲਿਆ ਏ ਭਾਊ ਉਹ ਮੇਰੇ ਘਰ ਦੇ ਵਿੱਚ ਕੰਨਿਆ ਨੇ ਜਨਮ ਲਿਆ ਹਾਂ ਭਾਊ ਆ ਭਾਊ ਜੱਫੀ ਪਾ ਕੇ ਮਿਲਦੇ ਆ ਉਹ ਭਾਪੋ ਮੇਰੀ ਗੱਲ ਸੁਣ ਹੁਣ ਉਹ ਜ਼ਮਾਨੇ ਗਏ ਕਿ ਜਦੋਂ ਕਹਿੰਦੇ ਕਿ ਵੰਸ਼ ਪੁੱਤਰਾਂ ਨਾਲ ਚੱਲਦੇ ਨੇ ਉਹ ਹੁੰਦਾ ਧੀਆਂ ਵੀ ਪੁੱਤਰਾਂ ਨਾਲ ਅੱਗੇ ਹੋ ਕੇ ਕੰਮ ਕਰਦੀਆਂ ਨੇ ਇਹ ਬਸ ਕਰ ਬਸ ਪਰ ਕਮਾਰੀ ਹਮੇਸ਼ਾ ਆਪਣੇ ਭਾਂਡੇ ਦੇ ਸਰਾਂ ਦੀ ਹੁੰਦੀ ਆ ਗੱਲਾਂ ਕਰਕੇ ਦੱਸਦਾ ਮੈਨੂੰ ਸਭ ਪਤਾ ਕਿਹੜੀਆਂ ਗੱਲਾਂ ਨੂੰ ਤੂੰ ਪਿਆ ਆ ਆ ਜਿੰਨੀ ਜ਼ਮੀਨ ਵਾ ਆ ਜਿੰਨੀਆਂ ਪੈੜੀਆਂ ਆਤੀਆਂ ਆਪਣੀ ਧੀ ਦੇ ਨਾਲ ਨੂੰ ਆਣਾ ਚਾਹਦਾ ਹੁਣ ਬਾਬਾ ਮੇਰੀ ਗੱਲ ਸੁਣ ਲੈ ਮੈਂ ਤੇ ਵੀਰੇ ਨੇ ਅੱਜ ਤੱਕ ਜ਼ਮੀਨ ਵੰਡਣ ਦੀ ਕੋਈ ਗੱਲ ਨਹੀਂ ਕੀਤੀ ਤੇ ਨਾਲੇ ਤੂੰ ਸਾਡੇ ਵਿੱਚ ਹਰ ਵੇਲੇ ਜ਼ਮੀਨ ਦੀ ਗੱਲ ਨਾ ਕਰਿਆ ਕਰ ਉਹ ਬਾਹੂ ਬਾਬਾ ਨੂੰ ਸਮਝਾ ਲਾ ਮੈਂ ਕਿਹਲਾ ਨਿਆਣੇ ਲੈਣ ਗੱਲ ਠੀਕ ਹੈ ਬਾਹੂ ਤੂੰ ਸੁਣਾ ਲੈ ਜਿਹੜੀ ਸੁਣਾਣੀ ਆ ਜਿੰਨੀ ਜ਼ਮੀਨ ਆ ਜਿੰਨੀਆਂ ਪਿਆੜੀਆਂ ਆ ਸਭ ਮੇਰੇ ਪੁੱਤ ਦੇ ਨਾਲ ਲੱਗਣੀਆਂ ਚਾਹੀਦੀਆਂ ਉਹ ਬਸ ਕਰ ਬਸ ਕਰ ਉਹ ਭਾਊ ਕਿੰਨਾ ਚਿਰ ਹੋ ਗਿਆ ਸਾਨੂੰ ਦੋਨਾਂ ਭਰਾਵਾਂ ਨੂੰ ਇੱਕ ਰਹਿੰਦਿਆਂ ਹੁਣ ਤੂੰ ਜਿਹੜੇ ਨਿਆਣੇ ਤੇਰੇ ਬਰੋਬਰ ਦੇ ਹੋਣੇ ਵਾਲੇ ਆ ਤੂੰ ਸਾਨੂੰ ਲੱਗੀ ਹੋ ਜ਼ਮੀਨਾਂ ਦੀ ਗੱਲਾਂ ਸੁਣਾਉਣ ਮੈਂ ਜ਼ਮੀਨ ਦੀ ਗੱਲ ਸੁਣਾਵਾਂ ਤੇ ਕੀ ਸੁਣਾਵਾਂ ਆ ਉਹਦੀ ਧੀ ਹੋਈ ਆ ਆ ਪਹਿਲਾਂ ਪਾਲਣੀ ਪੋਸਣੀ ਪੈਣੀ ਆ ਆ ਫਿਰ ਸਕੂਲ ਦੇ ਦਾਖਲ ਕਰਨੇ ਪੈਣੀ ਆ ਨਾ ਖਰਚਾ ਆ ਜੱਪਦੀ ਤੋਂ ਲੈ ਕੇ ਜਦ ਤੱਕ ਮਰਦੀ ਨਹੀਂ ਨੀ ਉਹਦਾ ਇੰਨਾ ਖਰਚਾ ਚੱਲਣਾ ਪੈਣਾ ਆ ਜਦ ਵਿਆਹਣੀ ਬਣਨੀ ਆ ਆ ਫਿਰ ਦਾਜ ਫੂਕਣਾ ਪੈਣਾ ਆ ਉਹ ਬਸ ਕਰ ਬਸ ਕਰ ਹਮੇਸ਼ਾ ਘਰ ਦੇ ਵਿੱਚ ਤੂੰ ਕਲੇਸ਼ ਰੱਖਦੀ ਹੈ ਕਲੇਸ਼ ਹਮੇਸ਼ਾ ਇਹੀ ਗੱਲ ਰੱਖਦੀ ਹੈ ਕਿ ਮੇਰੇ ਪੁੱਤਾਂ ਦੇ ਨਾਲ ਜ਼ਮੀਨਾ ਕਰੇ ਆਹੋ ਕੋਈ ਨਹੀਂ ਕੋਈ ਨਹੀਂ ਅੱਜ ਤੇਰਾ ਪੁੱਤ ਇੱਡਾ ਗਾ ਕੱਲ ਜਦੋਂ ਤੇਰਾ ਪੁੱਤ ਤੇਰੇ ਬਰਾਬਰ ਦਾ ਹੋ ਗਿਆ ਤੈਨੂੰ ਮੈਂ ਦੇਖੂੰਗਾ ਤੇਰਾ ਪੁੱਤ ਤੈਨੂੰ ਇਸ ਜ਼ਮੀਨ ਦੇ ਉੱਤੇ ਰੱਖਦਾ ਜਾਂ ਤੈਨੂੰ ਘਰ ਦੇ ਵਿੱਚੋਂ ਬਾਹਰ ਕੱਢਦਾ ਇਹ ਬਸ ਕਰ ਬਸ ਕਰ ਮੇਰਾ ਪੁੱਤ ਮੇਰੇ ਗੇੜੇ ਤੋਂ ਬਾਹਰ ਹੋ ਜਾਵੇ ਇਹ ਕਦੇ ਹੋ ਨਹੀਂ ਸਕਦਾ ਤੇ ਨਾ ਮੈਂ ਹੋਣ ਦਿੰਦੀ ਆ ਹਾਂ ਹੁਣ ਤੂੰ ਕਹਿੰਦੀ ਨਹੀਂ ਹੋਣ ਦਿੰਦੀ ਗਾਹ ਜਦੋਂ ਤੇਰਾ ਪੁੱਤ ਤੇਰੇ ਬਰਾਬਰ ਦਾ ਹੋਣਾ ਫੇਰ ਤੂੰ ਮੈਨੂੰ ਇਹ ਗੱਲ ਕਹੀ ਦੇ ਬਸ ਕਰ ਗੱਲਾਂ ਕਰ ਕਰ ਮੈਨੂੰ ਦੱਸਦਾ ਆ ਆ ਲੈ ਉਹ ਭਾਊ ਮੇਰੀ ਗੱਲ ਸੁਣ ਭਾਊ ਤੂੰ ਆਪਣੀ ਧੀ ਦਾ ਨਾਂ ਕੀ ਰੱਖਿਆ ਉਹ ਭਾਬੋ ਕਦੇ ਪਿਆਰ ਨਾਲ ਬੋਲਿਆ ਕਰ ਦੇਖ ਮੈਂ ਆਪਣੀ ਧੀ ਦਾ ਨਾਂ ਤਿੰਮੋ ਰੱਖਿਆ ਤਿੰਮੋ ਉਹ ਭਾਬੋ ਉਹ ਕਦੇ ਤਾਂ ਖੁਸ਼ੀ ਦੇ ਮੌਕੇ ਤਾਂ ਕੋਈ ਚੱਜ ਦੀ ਗੱਲ ਕਰਦੇ ਕਰ ਹਰ ਵੇਲੇ ਘੋੜਾ ਹੀ ਚੜੀ ਦਿੰਦੀ ਰੌਣਕ ਹੁੰਦੀਆਂ ਆ ਬਸ ਕਰੋ ਬਸ ਕਰੋ ਮੇਰਾ ਮੂੰਹ ਨਾ ਖਲਾਓ ਮੈਂ ਦੱਸ ਦਿੱਤਾ ਜੇ ਮੈਂ ਆਪਣੇ ਪੇਕਿਆਂ ਨੂੰ ਚਲ ਗਈ ਨਾ ਤਾਂ ਵਾਪਸ ਨਹੀਂ ਆਉਂਦੀ ਉਹ ਤੇਰਾ ਮੂੰਹ ਹੁਣ ਬੰਦ ਕਦੋਂ ਹੋਇਆ ਜਦ ਤੱਕ ਤੇਰਾ ਮੂੰਹ ਖੁੱਲਾ ਆ ਬੋਲੀ ਦਾ ਜਾਨੀ ਤਾਂ ਉਹ ਭਾਬੋ ਹੁਣ ਇੱਦਾਂ ਦੀਆਂ ਗੱਲਾਂ ਕਰਦੀ ਚੰਗੀ ਨਹੀਂ ਲੱਗਦੀ ਤੂੰ ਦੇਖ ਹੈਂ
बन के जिंदगी विच कई किरदार निभाते
ਜੰਮੇਗਾ ਪੁੱਤ ਤੇ ਕਿੱਥੇ ਬੜੀ ਮਿਹਰਬਾਨੀ ਇਸ ਗੀਤ ਤੋਂ ਖੁਸ਼ ਹੋ ਕੇ ਸਾਬਕਾ ਸਰਪੰਚ ਸਾਹਿਬ ਸੁਖਜੀਤ ਸਿੰਘ ਜੀ ਕੈੜੇ ਸਾਹਿਬ ਉਹਨਾਂ ਵੱਲੋਂ 500 ਰੁਪਇਆ ਮਾਣਦਾ ਹੈ ਜੀ। ਥੈਂਕ ਯੂ ਸਾਬਕਾ ਸਰਪੰਚ ਸਾਹਿਬ ਸੁਖਜੀਤ ਸਿੰਘ ਜੀ ਕੈੜੇ ਸਾਹਿਬ ਥੈਂਕ ਯੂ। ਲਾਹੌਰ ਦੁੱਖ ਵੰਡਾਣ ਜੀ ਹੈ, ਧੀਆਂ ਦੁੱਖ ਵੰਡਾਉਂਦੀਆਂ ਨੇ, ਪੁੱਤ ਵੰਡਾਣ ਜ਼ਮੀਨਾਂ, ਸਭ ਜਾਣਦੀਆਂ ਕਿੰਨਾ ਕੋਈ ਕਿੰਨਾ ਦੁੱਖ ਵੰਡਾਉਂਦਾ ਤੇ ਕਿਹੜੀ ਜ਼ਮੀਨ ਵੰਡਾਉਂਦਾ ਆ। ਮੇਰੀ ਗੱਲ ਸੁਣ ਲਾ, ਆਪਣੀ ਭਤੀਜੀ ਮਗਰ ਲੱਗ ਕੇ ਅੱਜ ਮੈਨੂੰ ਧੱਕੇ ਮਾਰੇ ਆ, ਮੈਂ ਵੀ ਚੱਲੀ ਆ ਆਪਣੇ ਪੇਕਿਆਂ ਨੂੰ ਨਾ, ਜੇ ਤੁਹਾਡੇ ਚ ਕੋਈ ਵੀ ਟੁੱਕਿਆ ਸਾਡੇ ਦਰ ਦੇ ਉੱਪਰ ਨਾ, ਤਾਂ ਮੇਰੇ ਤੋਂ ਬੁਰਾ ਕੋਈ ਨੀ, ਅੱਜ ਜਿੱਤਣ ਆਣਾ ਹੋਊਗਾ। ਮੈਂ ਵੀ ਦੇਖਦੀ ਆ ਆਪਣੀ ਭਤੀਜੀ ਤੇ ਬਾਬੋ ਦੀਆਂ ਰੋਟੀਆਂ ਪੱਕੀਆਂ ਕੱਟ ਕਰ ਖਾਣਾ ਆ। ਅੱਜ ਜਿੱਤਣ ਮੈਨੂੰ ਲੈਣ ਵਾਸਤੇ ਮੇਰੇ ਪੇਕਿਆਂ ਨੂੰ ਆਏਗਾ ਨਾ, ਤਾਂ ਕਾਗਜ਼ਾਂ ਨੂੰ ਨਾਲ ਲੈ ਕੇ ਜ਼ਮੀਨ ਦਿਆਂ ਨੂੰ ਉਹ ਵੀ ਗੁੱਠੇ ਲਾ ਲਾ ਕੇ ਚੰਗਾ ਚੱਲੀ ਆ। ਉਹ ਵੀਰਿਆ ਉਹ ਪਾਊ ਇਹਨੂੰ ਬਾਬੋ ਨੂੰ ਕੁਛ ਸਮਝਾਇਆ ਕਰ, ਤੂੰ ਕਹ ਦੇਖ ਉਹ ਹੁਣ ਤਾਂ ਲੋਕਾਂ ਨੇ ਵੀ ਹੱਸਣਾ ਹੈ, ਕਹਿਣਾ ਇੰਨੀ ਉਮਰ ਹੋ ਗਈ ਤੁਹਾਡੀ ਹਲੇ ਵੀ ਰੁਸਣਾ ਬੰਦੇ ਨਹੀਂ ਕੀਤਾ ਇੱਕ ਦੂਜੇ ਨਾਲ। ਉਹ ਬਾਊ ਜੇ ਅੱਜ ਇਹ ਗੱਲਾਂ ਇਹ ਸੋਚਦੀ ਤਾਂ ਇਹ ਥੋੜਾ ਸਾਡੇ ਘਰ ਦੇ ਵਿੱਚ ਵਸ ਲੈਂਦੀ, ਹੁਣ ਆਪਣੇ ਘਰ ਨੂੰ ਜਾਂਦੀ ਜਾਵੇ। ਤੈਨੂੰ ਪਤਾ ਮੈਂ ਤਾਂ ਆਪਣੇ ਘਰ ਦੇ ਵਿੱਚ ਨਹੀਂ ਰੱਖਣ ਵਾਲਾ। ਉਹ ਭਰਾਵਾ ਤੂੰ ਤਾਂ ਮੇਰੀ ਗੱਲ ਮੰਨ ਲੈ, ਜਾ ਕੇ ਉਹਨੂੰ ਰੋਕ। ਅੱਛਾ ਜਾ। ਉਹ ਪਾਊ ਪਹਿਲਾਂ ਵੀ ਮੈਂ ਤੇਰੇ ਕਹਿਣ ਤੇ ਇੱਕ ਵਾਰੀ ਇਹਨੂੰ ਘਰ ਦੇ ਵਿੱਚ ਮਨਾ ਕੇ ਲਿਆਇਆ ਤੇ ਅੱਜ ਮੈਂ ਇਹਨੂੰ ਆਪਣੇ ਘਰ ਦੇ ਵਿੱਚ ਨਹੀਂ ਮਨਾ ਕੇ ਲਿਆਉਣਾ। ਉਹ ਦੇਖ ਵੀਰਿਆ ਇਹਨਾਂ ਨੂੰ ਕਹਿ, ਕਿਉਂਕਿ ਹੁਣ ਉੱਥੇ ਜਾ ਕੇ ਫਿਰ ਮਿੰਤਾ ਕਰਾਂਗੇ। ਉਹ ਪਾਊ ਉਹ ਜਾਂਦੀ ਜਾਵੇ, ਮੈਂ ਤਾਂ ਆਪਣੇ ਘਰ ਦੇ ਵਿੱਚ ਨਹੀਂ ਲੈ ਕੇ ਆਉਣੀ। ਜੇ ਅੱਜ ਇਹਦੇ ਘਰ ਦੇ ਵਿੱਚ ਧੀ ਜੰਮੀ ਹੁੰਦੀ ਤਾਂ ਉਹਦੇ ਨਾਲ ਵੀ ਇੱਦਾਂ ਹੀ ਕਰਦੀ। ਜੇ ਇਹਨੂੰ ਪਤਾ ਹੁੰਦਾ ਕਿ ਧੀ ਰਹਿਮਤ ਹੁੰਦੀ ਮਾਲਕ ਦੀ, ਕਿ ਧੀ ਰਹਿਮਤ ਹੁੰਦੀ ਮਾਲਕ ਦੀ ਜਿਹੜੀ ਹਰ ਘਰ ਦੇ ਵਿੱਚ ਨਹੀਂ ਆਉਂਦੀ, ਜਦ ਸਾਰੇ ਛੱਡ ਦੇ ਸਾਥ ਲੋਕੋ ਵੀ ਉਸ ਵੇਲੇ ਆ ਗੱਲ ਆਉਂਦੀ, ਕਿ ਮੁੱਕ ਜਾਵੇ ਜੇ ਜੇਬ ਚੋਂ ਉਹ ਖਜ਼ਾਨਾ ਨਹੀਂ ਹੁੰਦੀਆਂ, ਕਿ ਇੰਦਰਜੀਤ ਕਦੇ ਧੀਆਂ ਧੰਨ ਵਿਗਾਨਾ ਨਹੀਂ ਹੁੰਦੀਆਂ, ਕਿ ਇੰਦਰਜੀਤ ਕਦੇ ਧੀਆਂ ਧੰਨ ਵਿਗਾਨਾ ਨਹੀਂ ਹੁੰਦੀ। ਭਾਊ ਜਾ ਕੇ ਭਾਬੋ ਰੋਕ ਪ੍ਰਭ। ਉਹ ਭਾਊ ਮੈਂ ਤਾਂ ਭਾਬੋ ਨੂੰ ਰੋਕਣਾ ਨੀ, ਕਈ ਦਿਨ ਹੋ ਗਏ ਆ, ਮੀਂਹ ਵੀ ਪਈ ਜਾਂਦਾ, ਖੇਤਾਂ ਵੱਲ ਵੀ ਨੀ ਜਾ ਹੋਇਆ। ਏਦਾਂ ਕਰਦਾ ਮੈਂ ਖੇਤਾਂ ਵੱਲ ਚੱਲਦਾ, ਤੂੰ ਆ ਜਾਈ। ਚੱਲ ਮੈਂ ਹੀ ਦੇਖਦਾ ਭਰਾਵਾ, ਮੈਂ ਹੀ ਭਾਬੋ ਨੂੰ ਰੋਕਦਾ। ਉਹ ਭਗਵਾਨੇ ਚੱਲ ਕਰ, ਤੂੰ ਤਾਂ ਜਾ ਕੇ ਭਾਬੋ ਨੂੰ ਮਨਾ, ਦੇਖਦਾ ਮੈਂ ਵੀ ਆਉਂਦਾ ਮਗਰ ਤੇਰੇ। ਚੱਲ ਧੀਏ ਤਿੰਮੋ ਜਾ, ਧੀਏ ਦੇਖ ਆਪਣੀ ਤਾਈ ਦੀਆਂ ਗੱਲਾਂ ਦਾ ਗੁੱਸਾ ਨਹੀਂ ਕਰੀ, ਠੀਕ ਹੈ? ਉਹਦਾ ਤਾਂ ਸੁਭਾਅ ਏਦਾਂ ਦਾ, ਹੋਰ ਵੇਲੇ ਏਦਾਂ ਬੋਲਦੀ ਹੈ। ਤੇ ਜਾ ਤੂੰ ਆਪਣੀਆਂ ਸਹੇਲੀਆਂ ਨਾਲ ਬਾਗਾਂ ਵਿੱਚ ਜਾ ਕੇ ਖੇਡ, ਤੇ ਮੈਂ ਚੱਲਦਾ ਫਿਰ ਪਹਿਲਾਂ ਭਾਬੋ ਨੂੰ ਮਨਾਉਣਾ ਜੇ ਮੰਨ ਜਾਵੇ ਤਾਂ, ਤੇ ਚੱਲਦਾ ਭਾਊ ਦੇ ਨਾਲ ਕੋਈ ਖੇਤਾਂ ਵਿੱਚ ਕੰਮ ਕੁੰਮ ਕਰਾਉਣਾ। ਉਹ ਕਿੱਥੇ ਮਰ ਗਿਆ ਉਹ ਬੱਲੇ? ਓਏ ਅੱਜ ਤੇ ਸੋਹਣਾ ਹੀ ਬੜਾ ਲੱਗਦਾ ਵਾ। ਮੇਰਾ ਬੜਾ ਬੜੀ ਵੀ ਸੋਹਣੀ ਸੀ, ਇਹ ਤੇ ਗੱਲ ਹੈ। ਤੈਨੂੰ ਪਤਾ ਹੀ ਜੀ ਆਪਾਂ ਕਿੱਥੇ ਜਾਣਾ ਹੈ? ਨਹੀਂ ਪਤਾ। ਅੱਜ ਆਪਾਂ ਸ਼ਿਕਾਰ ਖੇਡਣ ਜਾਣਾ ਹੈ ਸੋਹਣੀਆਂ। ਨਹੀਂ ਮੀਂਹ ਬਹੁਤ ਪਿਆ, ਤਿਲਕ ਡਿੱਪ ਮੰਗੇ। ਘੋੜਿਆਂ ਤੇ ਜਾਣਾ, ਗੱਲ ਕਿਹੜੀ ਹੈ? ਘੋੜੇ ਤਿਲਕ ਸਕਦੇ, ਸੱਟ ਜ਼ਿਆਦਾ ਲੱਗੂ। ਘਬਰਾਉਂਦੇ ਨੀ ਹੁੰਦੇ? ਘਬਰਾਉਣਾ ਸੂਰਮਾ ਬਣ, ਸੂਰਮਾ ਸ਼ੇਰ ਬਣ ਜਾ ਮੇਰਾ ਪੁੱਤ। ਤੇਰਾ ਪੁੱਤ ਕਿੱਦਾਂ? ਮੈਂ ਬੜੇ ਬੜੇ ਪੁੱਤ। ਓਏ ਚੱਲ ਆਪਣਾ ਕੀ ਆਹ ਕੀ ਚੱਕੇ ਨਾਲ ਕਮਾਨ ਦੇ ਨਾਲ ਡੰਡਾ ਜਿਹਾ ਚੱਕਿਆ, ਤੀਰ ਕਿੱਥੇ ਤੇਰਾ? ਤੁਸੀਂ ਰਾਜੇ ਤੁਹਾਡੇ ਕੋਲ ਵਧੀਆ, ਅਸੀਂ ਤੁਹਾਡੇ ਵਜ਼ੀਰ, ਸਾਡੇ ਕੋਲ ਤਾਂ ਟਾਈਮ ਪਾਸ ਵਾਲੇ ਹੋਣੇ। ਅੱਛਾ ਅੱਛਾ ਅੱਛਾ, ਚੱਲ ਫਿਰ ਸ਼ਿਕਾਰ ਖੇਡਣ ਚੱਲੀਏ, ਪਰ ਕੰਮ ਇੱਕ ਕਰਨਾ ਹੈ। ਕਿਹੜਾ? ਜਦੋਂ ਆਪਾਂ ਜੰਗਲ ਚ ਸ਼ਿਕਾਰ ਖੇਡਣ ਜਾਣਾ ਨਾ, ਹਾਂ, ਇੱਕ ਪਾਸੇ ਆਪਾਂ ਅੱਗ ਲਗਾ ਲੈਣੀ। ਸ਼ਿਕਾਰ ਖੇਡਣਾ ਕਾਹਦਾ?
ਉਹ ਸ਼ਿਕਾਰ ਕੋਈ ਵੀ ਆ ਗਿਆ ਬਸ ਤੂੰ ਮੇਰੇ ਨਾਲ ਜਾਣ ਕੰਮੇ ਇਹ ਕਰਨਾ ਜਾ ਕੇ ਕਿਸੇ ਜਾਨਵਰ ਦੀ ਆਵਾਜ਼ ਕੱਢਣੀ ਹੈ ਸਾਨੂੰ ਪਾਪਾ ਕੋਈ ਨੀ ਕਹਿੰਦਾ ਦੇਖ ਪਾਗਲਾ ਜੰਗਲ ਵਿੱਚ ਜਾ ਕੇ ਇੱਕ ਪਾਸੇ ਆਪਾਂ ਅੱਗ ਲਗਾ ਦੇਣੀ ਹੈ ਇੱਕ ਪਾਸੇ ਅੱਗ ਲਗਾ ਦੇਣੀ ਹੈ ਦੂਸਰੇ ਪਾਸੇ ਆਪਾਂ ਆਪਣਾ ਕੁੱਤਾ ਬੰਨਣਾ ਦੂਸਰੇ ਪਾਸੇ ਕੁੱਤਾ ਬੰਨਣਾ ਤੀਜੇ ਪਾਸੇ ਦਰਖਤ ਦੇ ਉੱਤੇ ਮੈਂ ਨਿਸ਼ਾਨਾ ਸੁਣ ਕੇ ਤੁਸੀਂ ਇੱਧਰਲੇ ਦਰਖਤ ਤੇ ਹੋ ਜਾਣਾ ਮੈਂ ਇੱਧਰਲੇ ਦਰਖਤ ਹੋਰ ਨਹੀਂ ਓ ਸੋਹਣਿਆ ਕਿਉਂ ਮੈਂ ਤੋਂ ਦਰਖਤ ਤੇ ਚੜ੍ਹ ਨਹੀਂ ਹੁੰਦਾ ਨਹੀਂ ਨਹੀਂ ਚੜ੍ਹਦੇ ਹੁੰਦਾ ਹੈ ਹਾਂ ਪਰ ਤਾਂ ਚੜ੍ਹਦਾ ਨਹੀਂ ਮਜ਼ਾ ਤੇ ਉਹ ਜਿਹੜੀ ਸਾਹਮਣੇ ਖੱਡ ਜੀ ਹੈ ਨਾ ਤੇ ਖੱਡੋ ਹੀ ਖੱਡ ਤੁਰਿਆ ਜਾਣਾ ਕਿਸੇ ਜਾਨਵਰ ਦੀ ਆਵਾਜ਼ ਕੱਢਣੀ ਹੈ ਜਾਣੀ ਮੈਂ ਸ਼ਿਕਾਰ ਠਾਲਣਾ ਹਾਂ ਤੇ ਸ਼ਿਕਾਰ ਠਾਲਣਾ ਹੈ ਆ ਮੇਰੀ ਭੂਆ ਦਾ ਨਹੀਂ ਹੈ ਮੇਰੀ ਭੂਆ ਦਾ ਪੋਤੇ ਮੈਂ ਕਿਹੜਾ ਅੱਠ ਚਾਹ ਪੀ ਲੈ ਇਹ ਸ਼ਿਕਾਰ ਦਾ ਠਾਲਣਾ ਉਹ ਦੱਸਣ ਲੱਗਾ ਕਿੱਦਾਂ ਠਾਲਣਾ ਹਾਂ ਤੈਂ ਖੜੀ ਜੀ ਵਜਾ ਕੇ ਨਾ ਕਿਸੇ ਜਾਨਵਰ ਦੀ ਆਵਾਜ਼ ਕੱਢਣੀ ਹੈ ਅੱਛਾ ਸ਼ਿਕਾਰ ਨੇ ਸੋਚਣਾ ਕਿ ਮੇਰਾ ਸ਼ਿਕਾਰ ਆ ਗਿਆ ਉਹ ਸ਼ਿਕਾਰ ਤੇਰੇ ਪਿੱਛੇ ਤੂੰ ਅੱਗੇ ਸ਼ਿਕਾਰ ਤੇਰੇ ਪਿੱਛੇ ਤੂੰ ਅੱਗੇ ਸ਼ਿਕਾਰ ਤੇਰੇ ਪਿੱਛੇ ਤੂੰ ਅੱਗੇ ਜਦ ਤੇ ਲਾਗੇ ਜੇ ਆਉਣਾ ਨਿਸ਼ਾਨਾ ਸੁਣ ਕੇ ਮੈਂ ਬੈਠਣਾ ਮੈਂ ਸ਼ਿਕਾਰ ਠੋਕ ਦੇਣਾ ਘਬਰਾਇਆ ਨੀ ਕਦੇ ਤੂੰ ਵੀ ਆਪਣਾ ਨਿਸ਼ਾਨਾ ਲਾ ਲੈ ਤੇਰੇ ਕੋਲ ਵੀ ਤੀਰ ਹੈ ਆਪਣੇ ਕੋਲ ਵੀ ਤੀਰ ਹੈ ਹਾਂ ਜੇ ਤਾਂ ਤੇਰਾ ਚੱਲ ਗਿਆ ਚੱਲ ਗਿਆ ਨਹੀਂ ਫਿਰ ਤੂੰ ਆਪਣਾ ਚਲਾ ਲੈ ਮੈਂ ਫਿਰ ਖਰਚਾ ਕਰੇ ਲਵਾਂ ਚੱਲ ਫਿਰ ਚਲੀਏ ਜਾਨ ਤਾਂ ਬਚਾਉਣੀ ਹੈ ਆ ਜਾ ਚਲੋ ਲੱਭੋ ਸ਼ਿਕਾਰ ਲੱਭੋ ਪਿੱਛੇ ਸ਼ਿਕਾਰ ਲੱਗ ਉਹ ਪਾਗਲਾ ਇੱਧਰ ਹੀ ਜਾਣਾ ਆ ਜਾ ਹੁਣ ਆਪਣੇ ਤੀਰ ਚੱਲ ਨਿਸ਼ਾਨਾ ਲਾਈਏ ਕਿੱਦਾਂ ਰੱਬ ਦਾ ਨਾਂ ਲੈਣਾ ਪਹਿਲਾਂ ਚਲੋ ਆਹ ਰੱਬ ਦਾ ਨਾਂ ਲੈ ਕੇ ਚੀਜ਼ ਚੱਲਦਾ ਉਹ ਤਾਂ ਚੱਲਦਾ ਨੀ ਠੀਕ ਹੈ ਮੈਂ ਮਹਾਭਾਰ ਪਾਗਲਾ ਉਹ ਮੈਂ ਤੀਰ ਤਾਂ ਮਾਰਿਆ ਸੀ ਓਏ ਪਰ ਤੀਰ ਨਿਸ਼ਾਨੇ ਤੇ ਨਹੀਂ ਲੱਗਿਆ ਉਹਦੀ ਲੱਤ ਤੇ ਲੱਗ ਗਿਆ ਔਰ ਤੂੰ ਲੱਤਾਂ ਤੇ ਨਿਸ਼ਾਨੇ ਲਾਉਣ ਜੋਗਾ ਮੇਰਾ ਤੀਰ ਨਾ ਫਸਦਾ ਫਿਰ ਅਸੀਂ ਤਾਂ ਸਿੱਧੇ ਦਿਲਾਂ ਤੇ ਠੋਕੀ ਦੇ ਆ ਓਏ ਪਾਗਲਾ ਗੱਲ ਸੁਣ ਹੈ ਜਦੋਂ ਸ਼ਿਕਾਰ ਜ਼ਖਮੀ ਹੋ ਜਾਂਦਾ ਫਿਰ ਤੂੰ ਬਹੁਤੀ ਦੂਰ ਤੱਕ ਨਹੀਂ ਜਾ ਸਕਦਾ ਹਾਂ ਫੇਰ ਵਿਚਾਰੇ ਦੇ ਦਰਦ ਹੁੰਦਾ ਡਾਕਟਰ ਲੱਭਦਾ ਪੱਟੀ ਪੱਟੀ ਉਹ ਲੱਗ ਗਈ ਹੋਣਾ ਕਿਤੇ ਚੱਲ ਉਹਦੇ ਪਿੱਛੇ ਚਲੀਏ ਚਲੋ ਸ਼ਿਕਾਰ ਲੱਭ ਕੇ ਲੈਣਾ ਆ ਜਾ ਚਲੋ 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 ਸੁਖਜੀਤ ਸਿੰਘ ਜੀ ਖੈੜੇ ਸਾਹਿਬ ਸਭ ਦਾ ਸਰਪੰਚ ਸਾਹਿਬ ਬਹੁਤ ਸਨਮਾਨ ਇੱਕ ਵਾਰ ਫਿਰ ਤੋਂ ਉਹਨਾਂ ਦੇ ਵੱਲੋਂ ਜੀ ਥੈਂਕ ਯੂ ਹੈਲੋ ਅੱਜ ਮੌਸਮ ਕਿੰਨਾ ਸੋਹਣਾ ਹੈ ਤੇ ਬਾਗਾਂ ਵਿੱਚ ਖੇਡਣ ਵਾਸਤੇ ਹਲੇ ਤੱਕ ਕੋਈ ਨਹੀਂ ਆਇਆ ਹਾਂ ਮੈਂ ਤੇ ਤਿੰਮੋ ਭੈਣ ਹਰ ਰੋਜ਼ ਇਸੇ ਵਕਤ ਜਾਂਦੀ ਹਾਂ ਤੇ ਤਿੰਮੋ ਭੈਣ ਹਲੇ ਤੱਕ ਨਹੀਂ ਆਇਆ ਜਾਂ ਦੇਖੋ ਕਵੇਲਾ ਕਰ ਦਿੰਦੀ ਆ ਉਹਨੂੰ ਕਿੰਨੀ ਵਾਰ ਆਖਿਆ ਕਿ ਛੇਤੀ ਆ ਜਾਇਆ ਕਰ ਨਾਲ ਇੱਕ ਗੱਲ ਹੋਰ ਬੀਬੀ ਨੇ ਅੱਜ ਆਖਿਆ ਹੈ ਕਿ ਜੰਗਲ ਵੱਲ ਜਾਏ ਹੋ ਨਾਲੇ ਤੇ ਖੱਟੀਆਂ ਮਿੱਠੀਆਂ ਆਮੀਆਂ ਤੋੜ ਲਈ ਹੋ ਨਾਲੇ ਚਟਣੀ ਬਣਾਉਣੀ ਆ ਤੇ ਨਾਲੇ ਅਚਾਰ ਪਰ ਜੰਗਲ ਵਿੱਚ ਮੈਨੂੰ ਤੇ ਡਰ ਲੱਗਦਾ ਚੱਲ ਕੋਈ ਗੱਲ ਨਹੀਂ ਭੈਣ ਤਿੰਮੋ ਕਿਸ ਕੰਮ ਦੀ ਹੈ ਉਹਨੂੰ ਅੱਗੇ ਅੱਗੇ ਕਰੂੰਗੀ ਤੇ ਆਖੋਗੀ ਚੱਲ ਮੇਰੇ ਨਾਲ ਜੰਗਲ ਵੱਲ ਚੱਲ ਇੰਜ ਕਰਦੀ ਹਾਂ ਭੈਣ ਤਿੰਮੋ ਨੂੰ ਆਵਾਜ਼ ਮਾਰ ਕੇ ਦੇਖਦੀ ਹਾਂ ਭੈਣ ਤਿੰਮੋ
बड़ी सोहनी लगती है की गल मेरिए तू तो रोज इंज ही बोल दिली है अज मेरे नाल दा सूट तू भी पाके आई है बहन टिको तेनू ते पता है के तेरे नाल ही प्यार वा जो तू आख दिनी आ ओही मैं कर दिनी आ ते जो तू पानी आ ओही मैं पा लेनी आ मेरी गल सुन देख कवेला होई जांदा है ते बागा वल नहीं जाना जाना ते है पर मैं ए दस इन्ने दिन किथे गई होई सी हाय ओ ते मैं दसना ही भुल गई तेनू मेरे मामी दी कुड़ी दा विआह सी ते असी सारी जणियां ओथे गईयां सीगियां ते मेरे बेबे होणी बैठ के एक पासे घोड़ियां गालियां पईयां सी ते मैं ते मेरे मामे दी कुड़ियां ते ओदियां सहेलियां सारियां एक पासे बैठियां सी मेरे मामे दी कुड़ी ने आखिया कि मैं ते हुण पराई हो गईयां ते हुण रब्बी सबब्बी गेड़ा वज्जिया करना ते नाले मेरा माही ते बड़ा चंगा है चंगा कारोबार है ते सानू आखण लगी कि तुहानू माही किहो जिहा चाहीदा ते बस मैं चुप हो गई मैं सोचिया कि अपनी भैण ती मोरू जाके पुछूंगी कि ओनू माही किदां दा चाहीदा दस ना भैण तेनू माही किदां दा चाहीदा नेड़िए जे तो मेरे माही दी गल करदी आ मेरा माही तां इह जाणा चाहीदा कदे शिकार ना करदा होवे जीव जंतु नूं प्यार करदा होवे ए आखदी आ पर मैं ते इह आखांगी कि मेरा माही नशा कोई ना करदा होवे बस प्यार ही प्यार करने वाला होवे मैनूं पता सी तूं इंजी आखेंगी चल हां जंगल वल चलदियां नचदियां गाउंदियां ते माही दियां गल्लां करदियां भैण तिम्मो चल नाले जंगल वालों खट्टियां मिट्टियां आमियां लैके आनियां आ ते नाले माही दियां गल्लां करदियां जानियां सानू ते ऐसा माही ले देनी माए सानू ते ऐसा माही ले देनी माए दिल दी जो रमज जाने सोना बेशक सोना हो बिना होवे सोना बेशक सोना हो बिना होवे लगिया दिल भावन जाने सानू ते ऐसा माही तेनू पता है कि मैं नहीं डरती जंगल तो बड़ी गल्ला मारदियां तू तो अकेली तो भी डरदी है चल मेरे नाल ते जंगल वच चली चल तू अगे अगे हो जा मेरी भी इसनू किसी ने चुप भी कर दिता है
ਬਣੀ ਵੇਖ ਲੋ ਭੈਣ ਤਿੰਮੋ ਕਿੰਨੇ ਗਰਦੇ ਇਨਸਾਨ ਨੇ ਜਿਹੜੀ ਬੇਜਵਾਨ ਜਾਨਵਰ ਨੂੰ ਮਾਰਦੇ ਨੇ ਤੇ ਉਹਨਾਂ ਨੂੰ ਜ਼ਖਮੀ ਕਰਦੇ ਨੇ ਮੈਂ ਤਾਂ ਕਹਿੰਦੀ ਇਹੋ ਜਿਹੇ ਤੀਰ ਅਗਰ ਉਹਨਾਂ ਨੇ ਮਾਰ ਦਿੱਤੇ ਜਾਣ ਤੇ ਉਹਨਾਂ ਨੂੰ ਪਤਾ ਲੱਗੇ ਕਿ ਦੁੱਖ ਕਿਸ ਨੂੰ ਕਹਿੰਦੇ ਨੇ ਲਿਆ ਇੰਚ ਕਰ ਮੈਂ ਇਹਦੀ ਪੱਟੀ ਕਰ ਦਿੰਦੀ ਹਾਂ ਤੇ ਨਾਲੇ ਪਾਣੀ ਪਿਲਾ ਕੇ ਇਹਨੂੰ ਅਸੀਂ ਜ਼ੋਰ ਦੂਰ ਕਿਤੇ ਜੰਗਲ ਵਿੱਚ ਛੱਡ ਦਈਏ ਜੀ ਅੱਜ ਜੇ ਉਹ ਇਨਸਾਨ ਮੇਰੇ ਸਾਹਮਣੇ ਆ ਜਾਵੇ ਨਾ ਅੱਜ ਐਸਾ ਸਬਕ ਸਿਖਾਵਾਂਗੀ ਐਸਾ ਸਬਕ ਸਿਖਾਵਾਂਗੀ ਕਿ ਗਰੇ ਜੀਵਨ ਦੀ ਹੱਤਿਆ ਨਹੀਂ ਕਰੇਗਾ ਇਹ ਸੱਚ ਚੱਕਦੀ ਭੈਣ ਤਿੰਮੋ ਇੰਚ ਕੀ ਕਰਾਂਗੀਆਂ ਲਿਆ ਆ ਮੇਰੇ ਕੋਲ ਆ ਮੋ ਚੁਕਿਆ ਆ ਵੇਖ ਆ ਵੇਖ ਆਪਣਾ ਸ਼ਿਕਾਰ ਸਾਂਭੀ ਬੈਠੀ ਓਏ ਕੁੜੀਏ ਤੂੰ ਸਾਡਾ ਸ਼ਿਕਾਰ ਸਾਂਭੀ ਬੈਠੀ ਏ ਸਾਡਾ ਸ਼ਿਕਾਰ ਸਾਡੇ ਹਵਾਲੇ ਕਰ ਦੇ ਸਾਤੋਂ ਆਪਣਾ ਆਪ ਨਹੀਂ ਸੰਭਾਲ ਹੁੰਦਾ ਤੂੰ ਸਾਡਾ ਸ਼ਿਕਾਰ ਸੰਭਾਲਿਆ ਆ ਹੈਲੋ ਇਹਦਾ ਮਤਲਬ ਇਹ ਆ ਕਿਸ ਨੂੰ ਤੂੰ ਜ਼ਖਮੀ ਕੀਤਾ ਏ ਹਾਂ ਆ ਮੈਂ ਤੀਰ ਦੇ ਨਾਲ ਜ਼ਖਮੀ ਹੋਇਆ ਏ ਜ਼ਖਮੀ ਕਰਨ ਵਾਲਿਆ ਤੂੰ ਹੈ ਕੌਣ ਏ ਹਾਂ ਮਨ ਸੁਖਿਆ ਉਹ ਦੱਸ ਇਹਨੂੰ ਮੈਂ ਕੌਣ ਆ